20 दिहाड़ियां मेरियां लगियां जी, मतलब 200 रुपया मेरा बनया, 100 रुपया मेरी मां ने दिया जी मैनूं, मैं 300 रुपए का लिया, अज भी पिया मेरे को सांभे वा, 50 साल हो गए जी। विरसा संभाल रहे ने पंजाबी विरसा शौक लंबी सिटी मार मित्रा ए किन्ने सन दा ये आ ए 1965 च आया सी पत्थर ਜਸਪਾਲ ਸਿੰਘ ਜੀ ਬੈਠੇ ਨੇ ਸਾਡੇ ਸਾਹਮਣੇ, ਉਹਨਾਂ ਨਾਲ ਗੱਲਬਾਤ ਕਰਾਂ। ਮੁਹੰਮਦ ਸਦੀਕ ਨਾਲ ਰਣਜੀਤ ਕੌਰ ਦਾ ਜਿਹੜਾ ਪਹਿਲਾ ਰਿਕਾਰਡ ਹੈ ਉਹ 1965 ਚ ਆਇਆ ਜੀ, ਇਹ 1955 ਦਾ ਬਣਿਆ ਹੋਇਆ ਜੀ। ਕਿੰਨੇ ਘੰਟੇ ਦੇ ਵਿੱਚ ਮਿਊਜ਼ਿਕ ਰਿਕਾਰਡ ਹੋ ਜਾਂਦਾ ਜੀ? ਇਹਦੇ ਤੇ ਕੰਪਨੀ ਨੇ ਰਿਕਾਰਡ ਕਰੀ ਹੈ ਜੀ, 5 ਮਿੰਟ ਦਾ ਹੈ ਜੀ ਇਹਦੇ 'ਚ ਗਾਣਾ। ਕਿਸੇ ਤੋਂ ਦਵਾਨੀ ਨਹੀਂ ਲੈਂਦਾ ਹੈਗਾ। ਮੈਂ ਇੱਕ ਕੁੜੀ ਨੇ PhD ਕਰ ਰਹੀ ਹੈ ਜੀ ਮੇਰੇ ਕੋਲ, ਹੁਣ ਇੱਕ ਮੁੰਡਾ 3 ਸਾਲ ਲਾ ਕੇ ਗਿਆ, ਉਹ ਪਾਸ ਹੋ ਗਿਆ ਹੁਣ। ਮਤਲਬ ਕੋਈ ਪੈਸਾ ਨਹੀਂ ਲਿਆ? ਨਹੀਂ, ਮੈਂ ਮਤਲਬ ਦਵਾਨੀ ਨਹੀਂ ਕਿਸੇ ਤੋਂ ਲਈ ਹੋਈ, ਨਾ ਮੈਨੂੰ ਨਵਾਂ ਨਾਮ। ਇਹ ਕੰਮ ਕਰਦੇ ਨੂੰ ਕਿੰਨਾ ਸਾਲ ਹੋ ਗਿਆ ਫਿਰ? 50 ਸਾਲ ਹੋ ਗਏ ਜੀ। 50 ਸਾਲ ਹੋ ਗਏ। ਪਹਿਲਾ ਰਿਕਾਰਡ ਮੇਰੇ ਕੋਲ 1902 ਦਾ ਪਿਆ ਜੀ, ਮਹਾਰਾਜਾ ਪਟਿਆਲਾ ਜੀ ਜਿਹੜੇ ਹੁਣ ਆਪਣੇ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ, ਉਹਨਾਂ ਦੇ ਦਾਦੇ ਦੇ ਵਿਆਹ ਦੇ ਵਿੱਚ ਗਾਉਣ ਆਈ ਸੀ ਗੌਹਰ ਜਾਨ, ਉਹਦਾ ਰਿਕਾਰਡ ਪਿਆ। ਤੁਸੀਂ ਦੇਖ ਸਕਦੇ ਹੋ 21ਵੀਂ ਸਦੀ ਦੇ ਵਿੱਚ ਘਰ ਦੇ ਉੱਤੇ ਟੀਨਾ ਲੱਗਿਆ ਹੋਇਆ ਹੈ। ਇਹ ਟੀਨੇ ਆਪਾਂ ਦੇਖੇ ਸੀ, ਪਹਿਲਾਂ TV ਦਾ ਸਮਾਂ ਹੁੰਦਾ ਸੀ ਜਦੋਂ ਟੀਨੇ ਚੱਲਦੇ ਸੀ, DD1 ਚੱਲਦਾ ਹੁੰਦਾ ਸੀ। ਘਰ ਦੀ ਹਾਲਤ ਦੇਖ ਕੇ ਵੀ ਤੁਸੀਂ ਬਿਆਨ ਦੇਖ ਸਕਦੇ ਹੋ, ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਗਰੀਬੀ ਆ ਘਰ ਦੇ ਵਿੱਚ। ਹਾਲੇ ਤੱਕ ਲਪਾਈ ਨਹੀਂ ਹੋਈ, ਅਤੇ ਬਾਈ ਜੀ ਦਾ ਜਿਹੜਾ ਸ਼ੌਂਕ ਹੈ ਉਹ ਬਹੁਤ ਵੱਡਾ ਹੈ। ਸ਼ੌਂਕ ਦੇ ਬਹੁਤ ਅਮੀਰ ਨੇ। ਪਹਿਲਾਂ ਕੈਸਟਾਂ ਚੱਲਦੀਆਂ ਸੀ, ਉਸ ਤੋਂ ਪਹਿਲਾਂ ਰਿਕਾਰਡ ਚੱਲਦੇ ਸੀ, ਰਿਕਾਰਡ ਦਾ ਜ਼ਮਾਨਾ ਸੀ ਪਹਿਲਾਂ। ਫਿਰ ਕੈਸਟਾਂ ਆਈਆਂ, ਫਿਰ VCR ਆਏ, ਫਿਰ CD ਆਈ, ਫਿਰ ਪੈਨ ਡਰਾਈਵ, ਅਤੇ ਹੁਣ ਤਾਂ ਪੈਨ ਡਰਾਈਵ ਦੀ ਲੋੜ ਨਹੀਂ ਪੈਂਦੀ, ਬਲੂਟੁੱਥ ਨਾਲ ਸਾਰਾ ਕੁਝ ਚੱਲ ਜਾਂਦਾ। ਅਤੇ ਆਪਾਂ ਗੱਲਬਾਤ ਕਰਾਂਗੇ, ਅਸੀਂ ਪਹੁੰਚੇ ਹਾਂ ਕੁੱਦਾ ਖੇੜੀ, ਅਤੇ ਬਾਈ ਨਾਲ ਗੱਲਬਾਤ ਕਰਾਂਗੇ ਜਸਪਾਲ ਸਿੰਘ ਜੀ ਨਾਲ, ਜਿਨ੍ਹਾਂ ਨੇ ਇਹ ਸਮਾਨ ਰੱਖਿਆ ਹੋਇਆ, ਰਿਕਾਰਡਸ ਰੱਖੇ ਹੋਏ ਨੇ, VCR ਰੱਖੇ ਹੋਏ ਨੇ, ਅਤੇ ਬਹੁਤ ਪੁਰਾਣਾ ਸਮਾਨ ਰੱਖਿਆ ਹੋਇਆ। ਅੰਦਰ ਮਿਲਾਵਾਂਗੇ, ਤੁਸੀਂ ਐਂਡ ਤੱਕ ਵੀਡੀਓ ਨਾਲ ਜੁੜੇ ਰਹੋ, ਅਤੇ ਤੁਹਾਨੂੰ ਦਿਖਾਵਾਂਗੇ, ਅਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਅਤੇ ਤਾਂ ਕਿ ਜਸਪਾਲ ਸਿੰਘ ਦੀ ਕੋਈ ਹੈਲਪ ਹੋ ਸਕੇ, ਇਹਨਾਂ ਦਾ ਜਿਹੜਾ ਸਮਾਨ ਰੱਖਿਆ ਹੋਇਆ ਇਹਨਾਂ ਨੂੰ ਕੋਈ ਹੈਲਪ ਮਿਲੇ ਸਰਕਾਰ ਵੱਲੋਂ ਜਾਂ ਕਿਸੇ ਬਾਹਰੋਂ ਹੈਲਪ ਮਿਲੇ। ਤੁਸੀਂ ਹਾਲਾਤ ਘਰ ਦੇ ਦੇਖ ਸਕਦੇ ਹੋ ਕਿੱਦਾਂ ਦੇ ਨੇ, ਅਤੇ ਇਹਨਾਂ ਦੀ ਕੋਈ ਹਾਲੇ ਤੱਕ ਸਾਰ ਨਹੀਂ ਲਈ ਗਈ। ਕਾਫੀ ਸਾਲਾਂ ਤੋਂ ਇਹ ਵਿਰਸਾ ਸੰਭਾਲ ਰਹੇ ਨੇ, ਪੰਜਾਬੀ ਵਿਰਸਾ ਸ਼ੌਂਕ ਇਹਨਾਂ ਨੇ ਜੋ ਰੱਖਿਆ ਹੋਇਆ ਸਾਂਭ ਕੇ ਆਪਣੇ ਘਰ ਦੇ ਅੰਦਰ, ਸਾਰਾ ਆਪੇ ਸਾਰਾ ਕੁਛ ਕੀਤਾ ਹੋਇਆ। ਤੁਸੀਂ ਦੇਖ ਸਕਦੇ ਹੋ ਕਿੱਦਾਂ ਇਹਨਾਂ ਨੇ ਲਗਾਏ ਹੋਏ ਨੇ ਰੇਡੀਓ, ਅਤੇ ਰਿਕਾਰਡਸ ਰੱਖੇ। ਅਤੇ ਜਸਪਾਲ ਸਿੰਘ ਜੀ ਬੈਠੇ ਨੇ ਸਾਡੇ ਸਾਹਮਣੇ, ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿੱਦਾਂ ਕਿੱਦਾਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ, ਕਿੱਦਾਂ ਗਰੀਬੀ ਦਾਵੇ ਵਿੱਚ ਤੁਸੀਂ ਇਹ ਸਫੇਰ ਵੀ ਸਮਾਨ ਸਾਂਭਿਆ ਹੋਇਆ। ਗੱਲਬਾਤ ਕਰਦੇ ਹਾਂ ਜੀ। ਰੰਡੀ ਦਾ ਯਰਾਨਾ ਬੁਰਾ, ਨੈਣਾ ਦਾ ਨਿਸ਼ਾਨਾ ਬੁਰਾ, ਟੱਗਾ ਮਸਤਾਨਾ ਬੁਰਾ, ਦੂਰੋਂ ਸਿੰਘ ਮਾਰਦਾ, ਦੂਰੋਂ ਸਿੰਘ ਮਾਰਦਾ, ਯਾਰੀ ਬੁਰੀ ਕਿੱਡੀ ਬਿਮਾਰੀ ਬੁਰੀ, ਅੱਛਰੀ ਕਵਾਰੀ ਬੁਰੀ, ਗੱਲਾਂ ਕਰੇ ਕੱਚੀਆਂ, ਗੱਲਾਂ ਸੱਚੀਆਂ ਬਾਈ ਤੂੰ ਨਾ ਬਣਾ ਸੱਚੀਆਂ।
ਅਸੀਂ ਬੈਠੇ ਅੱਜ ਜਸਪਾਲ ਸਿੰਘ ਨਾਲ ਜਿਨ੍ਹਾਂ ਨੇ ਆ ਵਿਰਸਾ ਸਾਂਭਿਆ ਹੋਇਆ ਹੈ, ਰਿਕਾਰਡ ਸਾਂਭੇ ਹੋਏ ਨੇ, ਰਿਕਾਰਡ ਕਾਫੀ ਗਿਣਤੀ ਵਿੱਚ ਆਉਣਗੇ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇਹ ਇਲਾਕਾ ਤੁਹਾਡਾ ਪੁਆਧ ਵਿੱਚ ਪੈਂਦਾ ਜੀ? ਹਾਂਜੀ, ਪੁਆਧ ਦੀ ਇਲਾਕਾ ਜੀ, ਤਾਂ ਹੀ ਬੋਲੀ ਤਾਂ ਲੱਗ ਰਿਹਾ ਜੀ। ਅਸੀਂ ਐਂਟਰ ਕਰੇ ਹਾਂ ਜੀ, ਸਾਨੂੰ ਟੀਨਾ ਅੱਜ ਕੱਲ੍ਹ ਦਿਖਦਾ ਨਹੀਂ ਕਿਸੇ ਦੇ ਘਰੇ ਨਾ। ਤੁਸੀਂ ਫਿਰ ਵੀ ਟੀਨਾ ਲਾਇਆ ਹੋਇਆ, ਜਿਹੜਾ ਪਹਿਲਾਂ ਚੱਲਦੇ ਸੀ ਆਪਾਂ ਟੀਵੀ, ਕਿੰਨਾ ਔਖਾ ਚਾ ਡੀ ਡੀ ਵਨ ਕਿੰਨਾ ਚਾਅ ਹੁੰਦਾ ਸੀਗਾ, ਹੁਣ ਤਾਂ ਕਿੰਨੇ ਚੈਨਲ ਹੋ ਗਏ, ਟੀਨਾ ਲਾ ਕੇ ਰੱਖਿਆ ਹੋਇਆ। ਹੁਣ ਟੀਨੇ ਨੂੰ ਜੀ 40 ਸਾਲ ਹੋ ਗਏ ਜੀ ਲੱਗੇ ਨੇ ਮੇਰੇ ਕੋਲ। ਅੱਛਾ, ਇਸਤਰੀ ਮਤਲਬ ਪਹਿਲਾਂ, ਹੁਣ ਜਦੋਂ ਇਹ ਪਿੱਛੇ ਜੇ ਹਨੇਰੀ ਜੀ ਨਹੀਂ ਆਈ ਉਦੋਂ ਇਹਨਾਂ ਦੇ ਟਾਵਰ ਜੇ ਹਿੱਲ ਗਏ, ਨਹੀਂ ਤਾਂ ਪਹਿਲਾਂ ਮੇਰੇ ਕੋਲ ਚੱਲਦਾ ਸੀ। ਆਹ ਜਿਹੜੇ ਟੀ ਵੀ ਆ ਜੀ, ਇਹਨਾਂ ਦੇ ਵਿੱਚ ਜਲੰਧਰ ਤਰਦਾ ਸੀ, ਦਿੱਲੀ ਚੱਲਦਾ ਸੀ। ਹੁਣ ਦੋਨੇ ਉੱਡ ਗਏ, ਹੁਣ ਇਹ ਦੂਸਰੇ ਮਤਲਬ ਸੀ ਡੀ ਲਾ ਲੈਂਦਾ ਜੀ ਮੈਂ, ਜਾਂ ਉਹ ਚੈਨਲ ਜਿਹੜੇ ਹੁਣ ਸੈੱਟ ਆਫ ਬਾਕਸ ਆਏ ਆ ਉਹ ਲਾ ਲੈਂਦਾ, ਤਾਂ ਮੈਂ ਦੇਖ ਲੈਂਦਾ। ਅਸੀਂ ਬਾਹਰ ਦੇਖ ਰਹੇ ਸੀ ਵੀ ਘਰ ਨੂੰ ਤੁਹਾਡੇ ਲਪਾਈ ਵੀ ਨਹੀਂ ਹੋਈ, ਇੰਨੀ ਗਰੀਬੀ ਹੈ ਨਾ ਜੀ, ਤੁਸੀਂ ਨੇ ਫਿਰ ਵੀ ਐਡਾ ਬੜਾ ਜਿਹੜਾ ਸ਼ੌਂਕ ਹੈ ਸਾਂਭ ਕੇ ਰੱਖਿਆ ਹੋਇਆ, ਐਡਾ ਵੱਡਾ ਜਜ਼ਬਾ ਕਿੱਦਾਂ ਆਇਆ ਤੁਹਾਡੇ ਅੰਦਰ? ਮੈਂ ਜੀ ਮਤਲਬ 8ਵੀਂ ਜਮਾਤ ਪੜ੍ਹਦਾ ਹੁੰਦਾ ਸੀ, ਮੈਂ ਪੜ੍ਹ ਕੇ ਆ ਕੇ ਉਸ ਜ਼ਮਾਨਾ ਸੀ ਇਹ 102 ਮਾਡਲ ਮਸ਼ੀਨ ਚੱਲਦੀ ਹੁੰਦੀ ਸੀ ਵਿਆਹਾਂ 'ਚ ਆਮ। ਅੱਛਾ ਜੀ। ਉਦੋਂ ਨਾ ਮਨੋਰੰਜਨ ਦਾ ਸਾਧਨ ਇਹੀ ਤਾਂ ਜੀ, ਬਸ ਮਤਲਬ ਰੇਡੂ ਵਾਲੇ ਭਾਈ ਦੇ ਪਾਸ ਬੈਠ ਗਏ, ਗੀਤ ਸੁਣ ਲੈਣੇ, ਉਸਨੇ ਸੂਈਆਂ ਗੇਰ ਦੇਣੀਆਂ, ਜਿਮ ਚੱਕ ਕੇ ਜਿਮਾਂ ਪਾ ਲੈਣੀਆਂ ਜੀ, ਤੋ ਇਹੀ ਮਨੋਰੰਜਨ ਤਾਂ। ਜਦ ਉਸ ਤੋਂ ਬਾਅਦ ਫਿਰ ਮੈਂ ਜੀ ਸਕੂਲ ਮਤਲਬ ਪੜ੍ਹਦਾ ਫਿਰ ਜੀ ਮੈਂ ਕੰਮ ਲੱਗ ਗਿਆ ਜੀ ਸਿੱਖਣ। ਫਿਰ ਮੈਂ ਆਪਣੀ ਮਾਂ ਨੂੰ ਕਿਹਾ ਵੀ ਇੱਕ ਟੇਪ ਮਤਲਬ ਰੇਡੀਓ ਆਇਆ, ਉਹਨੂੰ ਪਤਾ ਹੀ ਨਹੀਂ ਤਾਂ ਬੇਚਾਰੀ ਨੂੰ ਅਨਪੜ੍ਹ ਦੇ, ਰੇਡੀਓ ਆਇਆ ਜੀ ਉਹ ਟੇਪ ਰਿਕਾਰਡ ਦਾ ਸੋਨੀ ਟੋਨ ਦਾ। ਅੱਛਾ, ਉਸ ਵਕਤ 300 ਰੁਪਏ ਹੋਏ ਜੀ, 20 ਕੁ ਦਿਹਾੜੀਆਂ ਮੇਰੀਆਂ ਲੱਗੀਆਂ ਜੀ, ਮਤਲਬ 200 ਕੁ ਰੁਪਈਆ ਮੇਰਾ ਬਣਿਆ, 100 ਰੁਪਈਆ ਮੇਰੀ ਮਾਂ ਨੇ ਦਿਆ ਜੀ ਮੈਨੂੰ, ਮੈਂ 300 ਰੁਪਏ ਦਾ ਲਿਆ, ਅੱਜ ਵੀ ਪਿਆ ਮੇਰੇ ਕੋਲ ਸਾਂਭਿਆ ਵਾ, ਉਹਨੂੰ 50 ਸਾਲ ਹੋ ਗਏ ਜੀ। ਇਸ ਤਰ੍ਹਾਂ ਚੱਲਦਾ, ਆਪਾਂ ਦੇਖਦੇ ਹਾਂ ਪੁਰਾਣੀਆਂ ਚੀਜ਼ਾਂ ਆਪਾਂ ਜਦੇ ਕਬਾੜ 'ਚ ਵੇਚ ਦਿੰਦੇ ਹਾਂ, ਤੁਸੀਂ ਨੇ ਫਿਰ ਵੀ ਸਾਂਭ ਕੇ ਰੱਖੀਆਂ ਹੋਈਆਂ ਨੇ, ਸਾਰੀਆਂ ਚੱਲਦੀਆਂ ਨੇ ਜੀ। ਹਾਂ, ਸਾਰੀਆਂ ਚੱਲਦੀਆਂ ਨੇ, ਨਹੀਂ ਮੈਂ ਘਰਦਿਆਂ ਨੂੰ, ਮੇਰੇ ਬੱਚੇ ਆ, ਮੇਰੇ ਘਰ ਦੇ ਸਾਰੇ ਪਰਿਵਾਰ ਹੈ, ਜੇ ਮੇਰੀ ਚੀਜ਼ ਕਿਤੇ ਵੀ ਪਈ ਹੈ ਮੇਰੇ ਬਗੈਰ ਪੁੱਛੇ, ਤਾਂ ਪਹਿਲਾਂ ਤਾਂ ਅਸੀਂ ਕਬਾੜੀ ਨੂੰ ਵੇਚਦੇ ਹੀ ਨਹੀਂ, ਜੇ ਵੇਚਣਗੇ ਵੀ ਮੈਨੂੰ ਪੁੱਛੇ ਬਗੈਰ ਨਹੀਂ ਵੇਚਦੇ ਹੈਗੇ, ਕਿਉਂਕਿ ਮੇਰਾ ਸਮਾਨ ਕੀਮਤੀ ਹੈ ਜੀ, ਮਿਲਦਾ ਹੀ ਨਹੀਂ ਹੈਗਾ। ਹੁਣ ਲੋਕਾਂ ਵਾਸਤੇ ਤਾਂ ਅਗਲਾ ਕਹਿ ਦਿੰਦਾ ਵੀ ਕਬਾੜ ਹੈ ਮੇਰੇ ਵਾਸਤੇ ਸੋਨਾ ਜੀ। ਤੁਸੀਂ ਰਿਕਾਰਡ ਕਹਿੰਦੇ ਸੀਗੇ ਕਾਫੀ ਸਾਂਭੇ ਹੋਏ ਨੇ, ਕਿੰਨੇ ਰਿਕਾਰਡ ਤੁਸੀਂ ਸਾਂਭੇ ਹੋਏ ਨੇ? 3000 ਰਿਕਾਰਡ ਹੈ ਜੀ ਮੇਰੇ ਟਾਈਮ, ਪਾਕਿਸਤਾਨੀ ਰਿਕਾਰਡ ਵੀ ਪਈਆਂ ਫਿਲਮਾਂ ਦੇ ਮੇਰੇ ਕੋਲ, ਕੋਲੰਬੀਆ ਕੰਪਨੀ ਦੇ ਬਣੇ ਹੋਏ ਜੀ, 60 ਰਿਕਾਰਡਾਂ ਦਾ ਸੈੱਟ ਮੈਨੂੰ ਮਿਲ ਗਿਆ ਤਾ ਜੀ, ਉਹ ਮੈਂ ਸਾਂਭਿਆ ਪਿਆ, ਬਿਲਕੁਲ ਨਵੇਂ ਰੈਪਰਾਂ ਦੇ ਵਿੱਚ ਪਏ ਆ। ਬਾਕੀ ਮੇਰੇ ਕੋਲ LP ਰਿਕਾਰਡ, EP ਰਿਕਾਰਡ, ਪੰਜਾਬ ਦੇ ਮਤਲਬ 1000 ਕਲਾਕਾਰਾਂ ਦੀ ਆਵਾਜ਼ ਰਿਕਾਰਡਾਂ ਰਾਹੀਂ ਸਾਂਭੀ ਵੀ ਹੈ ਜੀ। ਜਾਣੀ ਪਹਿਲਾਂ ਇੱਦਾਂ ਚੱਲਦੇ ਸੀਗੇ, ਇਹਦੇ ਨਾਲ ਗੀਤ ਚੱਲਦੇ ਸੀ ਨਾ, ਇਹਨੂੰ ਮਤਲਬ SP ਬੋਲਦੇ ਆ ਜਿਵੇਂ ਲਾਖ ਵਾਲੇ ਕਹਿ ਲਓ, ਪੱਥਰ ਵਾਲੇ ਕਹਿ ਲਓ, SP ਸਭ ਤੋਂ ਪਹਿਲਾਂ ਜੀ, SP ਆਈ ਹੈ ਸਿੰਗਲ ਪਲੇ, ਉਸ ਤੋਂ ਬਾਅਦ ਆ ਗਏ ਜੀ SEP। ਹਾਂ ਮਤਲਬ ਹੈ ਸਿੰਗਲੇ ਤੇ ਜੀ ਉਹ ਪਲਾਸਟਿਕ 'ਚ ਆ ਗਏ ਜੀ, ਫਿਰ ਉਸ ਤੋਂ ਬਾਅਦ ਆ ਗਏ ਜੀ EP ਐਕਸਟੈਂਡਡ ਪਲੇ ਆ ਗਿਆ, ਫਿਰ ਦੋ ਉੱਧਰ। ਅੱਛਾ, ਉਸ ਤੋਂ ਬਾਅਦ ਆ ਗਏ ਜੀ ਸੁਪਰ 7, 3 ਉੱਧਰ 3 ਉੱਧਰ ਆ ਗਏ ਜੀ, 6 ਆ ਗਏ, ਉਸ ਤੋਂ ਬਾਅਦ ਜੀ ਫਿਰ NLP ਨੈਸ਼ਨਲ ਲੌਂਗ ਪਲੇ ਆ ਗਿਆ। ਫਿਰ ਇਹਦੇ ਬਾਰੇ ਤਾਂ ਆਪਣੇ ਜਿਹੜੇ ਬੱਚਿਆਂ ਨੂੰ ਕਿਸੇ ਨੂੰ ਪਤਾ ਨਹੀਂ ਹੋਣਾ ਜੀ, ਸਾਨੂੰ ਨਹੀਂ ਪਤਾ ਇਹਦੇ ਬਾਰੇ, ਤੁਸੀਂ ਜੋ ਕਹਿ ਰਹੇ ਹੋ ਵੀ ਇਹਦਾ ਪੁਰਾਣੇ ਤੁਹਾਡੇ ਜ਼ਮਾਨੇ ਦੇ ਨੇ, ਹੈ ਨਾ ਜੀ? ਹਾਂ ਜੀ ਮੇਰੇ। ਅਤੇ ਫਿਰ ਕਿੱਦਾਂ ਚੱਲਦੇ ਵੇ, ਕਿੰਨੇ ਸਨ ਮਾਡਲ ਹੈ ਜੀ ਇਹ? ਇਹ ਜੀ 1955 ਜੋ ਬਣਿਆ ਹੋਇਆ ਜੀ। ਅੱਛਾ ਜੀ। ਇੱਕ ਨਾ ਜੀ ਪੰਜਾਬ ਦੀ ਮਸ਼ਹੂਰ ਗਾਇਕ ਹੈ ਜੀ ਰੰਜਨਾ, ਉਹਦਾ ਇੱਕ ਗੀਤ ਗਾਇਆ ਹੋਇਆ, ਉਹਦਾ 55 ਦੇ ਵਿੱਚ ਰਿਕਾਰਡ ਆਇਆ ਮੇਰੇ ਕੋਲ ਪਿਆ, ਉਹ ਵੀ ਮੈਂ ਤੁਹਾਨੂੰ ਸੁਣਾਊਂਗਾ। ਟੈਲੀਫੋਨ ਵੀ ਆਉਂਦੇ ਸੀ ਚਾਬੀ ਵਾਲੇ ਪਹਿਲਾਂ, ਹੈ ਜੀ ਸਮਝੋ, ਇਹ ਹੁਣ ਚਾਬੀ ਦਈਗੀ ਜੀ ਇਹਨੂੰ। ਇਹ ਨਾ ਮਤਲਬ ਲੋਕਾਂ ਨੂੰ ਪਤਾ ਹੀ ਨਹੀਂ ਸੀ ਉਸ ਜ਼ਮਾਨੇ, ਇਹ ਆਟੋ ਕੱਟ ਹੈ। ਅੱਛਾ ਜੀ। ਉਸ ਜ਼ਮਾਨੇ ਵੀ ਅੱਜ ਤੋਂ 60 ਸਾਲ ਪਹਿਲਾਂ ਇਹ ਆਈਆਂ ਹੋਈਆਂ, ਉਸ ਟਾਈਮ ਵੀ ਨਾ ਜੀ ਇਹ
ਆਟੋ ਕੱਟ ਹੈ ਹੁਣ ਜੇ ਇਹਨੂੰ ਆਪਾਂ ਇੱਧਰ ਨੂੰ ਕਰ ਦਾਂਗੇ ਇਹ ਆਪਣੇ ਆਪ ਬੰਦ ਹੋ ਜਾਏਗੀ ਜੀ ਇਹ ਆਟੋ ਕੱਟ ਹੈ देख तेरा रूप लगे चंद नजर देख तेरा रूप लगे चंद नजर पर ਜਿਹੜਾ ਚ ਰਿਕਾਰਡ ਹੈ ਤੁਸੀਂ ਇਹ ਲਗਾਇਆ ਹੋਇਆ ਰਿਕਾਰਡ ਇਹ ਚ ਕਿੰਨੇ ਘੰਟੇ ਦੇ ਵਿੱਚ ਮਿਊਜ਼ਿਕ ਰਿਕਾਰਡ ਹੋ ਜਾਂਦਾ ਜੀ ਇਹਦੇ ਤੇ ਕੰਪਨੀ ਨੇ ਰਿਕਾਰਡ ਕਰੀ ਹੈ ਜੀ 5 ਮਿੰਟ ਦਾ ਹੈ ਜੀ ਇਹਦੇ ਚ ਗਾਣਾ ਅੱਛਾ ਹਾਂ ਜੀ 5 ਮਿੰਟ ਦਾ ਫਿਰ ਯਾਨੀ ਇੱਕ ਰਿਕਾਰਡ ਚ 5 ਮਿੰਟ ਦੇ ਹੁੰਦਾ ਜਾਂ ਵੱਧ ਵੀ ਹੋ ਸਕਦਾ ਨਹੀਂ ਘੱਟ ਗਿਆ ਜੀ ਟਾਈਮ ਇੱਕ ਗਾਣੇ ਦਾ ਪਹਿਲਾਂ 5 ਮਿੰਟ ਸੀ ਫਿਰ 3 ਮਿੰਟ ਦਾ ਹੋ ਗਿਆ ਫਿਰ ਅੱਛਾ ਜੀ 3.5 ਮਿੰਟ ਦਾ ਹੋ ਗਿਆ ਇਸ ਤਰ੍ਹਾਂ ਹੋ ਗਿਆ ਜੀ ਤੇ ਕਾ ਰਿਕਾਰਡ ਪਿਆ ਵੀ ਤੁਹਾਡਾ ਰਿਕਾਰਡ ਹੈ ਨਾ ਜੀ ਇਹ ਮੁਹੰਮਦ ਸਦੀਕ ਹੈ ਜੀ ਦੀਦਾਰ ਸੰਧੂ ਲੰਬੀ ਸਿੱਟੀ ਮਾਰ ਮਿੱਤਰਾ ਪੌੜੀ ਛੜਿਆਂ ਦੀ ਆਪੇ ਭੌਰ ਨੇ ਰੋਟੀਆਂ ਪੱਕੀਆਂ ਆਪੇ ਦਾਲ ਬਣਾਈ ਨੀ ਘੜ ਗਿਆ ਇਹ ਮਤਲਬ ਇਹ ਸਾਂਭੇ ਹੋਏ ਨੇ ਤੁਸੀਂ ਸਾਰੇ ਰਿਕਾਰਡ ਹੈ ਜੀ ਹਾਂ ਜੀ ਸਾਰੇ ਲੰਬੀ ਸਿੱਟੀ ਮਾਰ ਮਿੱਤਰਾ ਇਹ ਕਿੰਨੇ ਸਨ ਦਾ ਜੀ ਆਹ ਇਹ 1965 ਚ ਆਇਆ ਸੀ ਪੱਥਰ ਜਾਂ ਇਹਨਾਂ ਨੇ ਫਿਰ ਦੁਬਾਰਾ ਰਿਪੀਟ ਕਰਤੇ ਸੀ ਜੀ ਫਿਰ ਮੁਹੰਮਦ ਸਦੀਕ ਨਾਲ ਰਣਜੀਤ ਕੌਰ ਦਾ ਜਿਹੜਾ ਪਹਿਲਾ ਰਿਕਾਰਡ ਹੈ ਉਹ 1965 ਚ ਆਇਆ ਜੀ ਰਣਜੀਤ ਕੌਰ ਦਾ ਪਹਿਲਾ ਰਿਕਾਰਡ ਆ ਵੀ 1965 ਚ ਉਹਦੇ ਨਾਲ ਅਮਰ ਸਿੰਘ ਸ਼ੇਰਪੁਰੀ ਨਾਲ ਆਇਆ ਮਾਹੀ ਵੇ ਮੈਨੂੰ ਭੰਗ ਚੜ ਗਈ ਉਹ ਆਇਆ ਜਿਹੜਾ ਗ੍ਰਾਮੋਫੋਨ ਚਲਾਉਣ ਵਾਲਾ ਜੀ ਇਹ ਫਿਰ ਇਹ ਕਿੰਨਾ ਮਾਡਲ ਹੈ ਜੀ ਇਹ ਗ੍ਰਾਮੋਫੋਨੀਆ ਰਿਕਾਰਡ ਪਲੇਅਰ ਬਿਜਲੀ ਵਾਲੇ ਜੀ ਗ੍ਰਾਮੋਫੋਨ ਪਿੱਤਲ ਵਾਲੇ ਪਏ ਆ ਉਹ ਪਏ ਆ ਉੱਧਰ ਮੈਂ ਤੁਹਾਨੂੰ ਦਿਖਾਉਂਗਾ ਇਹਨੂੰ ਬੋਲਦੇ ਆ ਜੀ 102 ਮਾਡਲ ਮਸ਼ੀਨ ਅੱਛਾ ਜੀ ਇਹਨੂੰ ਫਿਰ ਇਹਨੂੰ ਗ੍ਰਾਮੋਫੋਨ ਹੀ ਬੋਲਦੇ ਨਹੀਂ ਇਹਨੂੰ 102 ਮਾਡਲ ਬੋਲਦੇ ਆ ਜੀ ਇਹ ਮਾਡਲ ਆਏ ਸੀ 101 ਵੀ ਪਈ ਹੈ 102 ਮਾਡਲ ਹੈ 213 ਵੀ ਪਈ ਹੈ ਮੇਰੇ ਕੋਲ 118 ਵੀ ਪਈ ਹੈ ਦਿਖਾ ਦੂੰਗਾ ਸਾਰੀ ਇਹਨੂੰ ਕੀ ਬੋਲਦੇ ਨੇ ਫਿਰ ਇਹ ਕਿੱਦਾਂ ਚੱਲਦੀ ਹੈ ਇਹ ਰਿਕਾਰਡ ਪਲੇਅਰ ਹੈ ਜੀ ਇਹਨੂੰ ਇਹ ਹਾਂ ਰਿਕਾਰਡ ਪਲੇਅਰ ਬਿਜਲੀ ਵਾਲੀ ਹੈ ਜੀ ਇਹ ਵੀ ਚੱਲਦੀ ਹੈ ਜੀ ਚੱਲਦੀ ਹੈ ਜੀ ਮੈਂ ਹੁਣੇ ਚਲਾ ਗਿਆ ਉਹ ਯਾਰ ਆਵਾਜ਼ ਦਾ ਫਰਕ ਹੈ ਇਹਦੇ ਨਾਲ ਜਾਂ ਜਿਵੇਂ ਇਹਦੀ ਆਵਾਜ਼ ਆ ਉਦਾਂ ਦੀ ਸੇਮ ਆਵਾਜ਼ ਇਹਦੀ ਵੀ ਇਹ ਚੀਜ਼ ਮਤਲਬ ਹੋਰ ਹੈ ਜੀ ਇਹ ਹੋਰ ਹੈ ਗੋਪਾਲ ਸਿੰਘ ਰਾਗੀ ਹੈ ਜੀ ਤੇ ਹੁਣ ਇਹਨੂੰ ਕੀ ਕਹਿੰਦੇ ਨੇ ਕਿਹੜੀ ਮਸ਼ੀਨ ਹੈ ਜੀ ਜਿਹੜੀ ਆ ਤੁਸੀਂ ਇਹਨਾਂ ਨੂੰ ਸਾਰੇ ਜੀ ਇਹ ਵਿਦ ਐਮਪਰੀਫਾਇਲ ਹੈ 3-in-1 ਹੈ ਇਹਦੇ ਵਿੱਚ ਰੇਡੀਓ ਵੀ ਚੱਲਦਾ ਜੀ ਕੈਸਟ ਵੀ ਚੱਲਦੀ ਹੈ ਰਿਕਾਰਡ ਵੀ ਚੱਲਦਾ ਨਹੀਂ 1-in-1 ਨਹੀਂ ਜੀ 3-in-1 3-in-1 ਜੀ ਹਾਂ ਜੀ ਇਹ 1-in-1 ਹੈ ਜੀ ਅੱਛਾ ਜੀ